ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬ ਜੀਕੇ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 6 ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪੰਜਾਬ ਜੀਕੇ ਦੇ ਨਾਲ ਰਿਲੇਟਿਡ 1000 ਕੁਐਸ਼ਨਸ ਦੀ ਸੀਰੀਜ਼ ਸਟਾਰਟ ਕੀਤੀ ਆ ਜਿਸ ਦੇ ਵਿੱਚ ਅਸੀਂ ਅੱਜ ਪਾਰਟ 6 ਕਰਨ ਜਾ ਰਹੇ ਹਾਂ ਤੇ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਸ 1000 MCQ ਦੇ ਵਿੱਚ ਅਸੀਂ ਪੰਜਾਬ ਦੇ ਸਾਰੇ ਹੀ ਟੌਪਿਕ ਕਵਰ ਕਰਨ ਵਾਲੇ ਆ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਾਂ ਅੱਗੇ ਜਾ ਕੇ ਕੋਈ ਐਗਜ਼ਾਮ ਦੇਣ ਵਾਲੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਕਿਉਂਕਿ ਪੰਜਾਬ ਜੀ ਕੇ ਸਾਡੇ ਸਭ ਦੇ ਲਈ ਬਹੁਤ ਇੰਪੋਰਟੈਂਟ ਹੈ ਤੇ ਇਸ ਦੇ ਵਿੱਚੋਂ 25 ਤੋਂ 30 ਨੰਬਰ ਦੇ ਕੁਐਸਚਨ ਪੁੱਛੇ ਜਾਂਦੇ ਆ ਐਗਜ਼ਾਮ ਦੇ ਵਿੱਚ ਸਿਲੇਬਸ ਦੇ ਅਕੋਰਡਿੰਗ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਤੇ ਵੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਅੱਛਾ ਵੀਡੀਓ ਨੂੰ ਤੁਸੀਂ ਦੇਖੋ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆਉਂਦੇ ਆ ਕਿ ਜੋ ਵੀ ਮੈਂ ਫੈਕਟ ਬੋਲਦੀ ਆਂ ਨਾਲ ਇੰਪੋਰਟੈਂਟ ਫੈਕਟ ਉਹਨਾਂ ਨੂੰ ਨਾਲ ਨੋਟ ਕਰ ਦਿਆ ਕਰਾਂ ਤਾਂ ਮੈਂ ਉਹਨਾਂ ਨੂੰ ਐਜ਼ ਅ ਐਮਸੀਕਿਊ ਹੀ ਵੀਡੀਓ ਦੇ ਵਿੱਚ ਨੋਟ ਕੀਤਾ ਹੋਇਆ ਏ ਕੁਐਸਚਨ ਨੰਬਰ 1 ਰਾਵੀ ਦਰਿਆ ਦਾ ਮੋਡ ਕਿਹੜਾ ਦਰਾ ਹੈ ਹਾਂਜੀ ਰਾਵੀ ਦਰਿਆ ਦਾ ਮੋੜ ਰੋਹਤਾਂਗ ਦਰਾਏ ਆਪਸ਼ਨ ਨੰਬਰ ਆ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਪੰਜਾਬ ਦਾ ਖੁਸ਼ਕ ਅਤੇ ਰੇਤਲਾ ਇਲਾਕਾ ਕਿਹੜਾ ਹੈ ਹਾਂਜੀ ਪੰਜਾਬ ਦਾ ਖੁਸ਼ਕ ਅਤੇ ਰੇਤਲਾ ਇਲਾਕਾ ਵਾ ਉੱਤਰ ਪੱਛਮ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਤਲੁਜ ਅਤੇ ਵਿਆਸ ਦਰਿਆ ਵਿੱਚ ਘਾਰ ਕਿਹੜੀਆਂ ਬਈਆਂ ਹਨ ਹਾਂਜੀ ਸਤਗੁਰੂ ਸੌਰੀ ਸਤਲੁਜ ਅਤੇ ਬਿਆਸ ਦਰਿਆ ਵਿਚਕਾਰ ਕਾਲੀ ਬੇਈ ਅਤੇ ਚਿੱਟੀ ਬੇਈਆ ਵੈਰੀ ਇੰਪੋਰਟੈਂਟ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਬਸੋ ਘਣਤਾ ਕਿੰਨੀ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਬਸੋ ਘਣਤਾ ਕਿੰਨੀ ਆ 550 ਪ੍ਰਤੀ ਵਰਗ ਕਿਲੋਮੀਟਰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦੀ ਸਾਖਰਤਾ 2011 ਦੀ ਜਨਗਣਨਾ ਦੇ ਅਨੁਸਾਰ ਕਿੰਨੇ ਪ੍ਰਤੀਸ਼ਤ ਹੈ ਪੰਜਾਬ ਦੀ ਸਾਖਰਤਾ 2011 ਦੀ ਜਨਗਣਨਾ ਅਨੁਸਾਰ 76.6 ਪ੍ਰਤੀਸ਼ਤਾ ਆਪਸ਼ਨ ਨੰਬਰ 8 ਹੈ ਜ਼ਰਾ ਰਾਈਟ ਆਂਸਰ ਨੈਕਸਟ ਕੁਐਸ਼ਨ ਪੰਜਾਬ ਵਿੱਚ ਕੰਬਾਈਨਾ ਕਿੱਥੇ ਬਣਦੀਆਂ ਹਨ ਹਾਂਜੀ ਪੰਜਾਬ ਦੇ ਵਿੱਚ ਜਿਹੜੀਆਂ ਕੰਬਾਈਨਾ ਨੇ ਉਹ ਪਾਦਸੋਂ ਦੇ ਵਿੱਚ ਬਣਦੀਆਂ ਨੇ ਆਪਸ਼ਨ ਨੰਬਰ 8 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਵਿੱਚ 1 ਹੈਕਟੇਅਰ ਪਿੱਛੇ ਕਿੰਨੇ ਕਿਲੋਗ੍ਰਾਮ ਕਣਕ ਪੈਦਾ ਹੁੰਦੀ ਹੈ ਹਾਂਜੀ ਪੰਜਾਬ ਦੇ ਵਿੱਚ 1 ਹੈਕਟੇਅਰ ਦੇ ਪਿੱਛੇ ਟੋਟਲ 4050 ਕਿਲੋਗ੍ਰਾਮ ਕਣਕ ਪੈਦਾ ਹੁੰਦੀ ਆ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਵਿੱਚ ਪ੍ਰਮੁੱਖ ਨਹਿਰਾਂ ਦੀ ਗਿਣਤੀ ਕਿੰਨੀ ਹੈ ਹਾਂਜੀ ਪੰਜਾਬ ਦੇ ਵਿੱਚ ਪ੍ਰਮੁੱਖ ਨਹਿਰਾਂ ਦੀ ਗਿਣਤੀ ਆ 6 ਆਪਸ਼ਨ ਨੰਬਰ ਸ ਸਾ ਇਸ ਦਾ ਰਾਈਟ ਆਨਸਰ ਕਿਹੜੀਆਂ-ਕਿਹੜੀਆਂ ਨੇ ਸਰਹੰਦ ਨਹਿਰ ਪ੍ਰਣਾਲੀ ਪਾਖੜਾ ਮੈਨ ਲਾਈਨ ਬੇਸਤ ਦਬਾਵ ਨਹਿਰ ਅੱਪਰ ਵਾਰੀ ਦਬਾਵ ਨਹਿਰ ਸਰਹੰਦ ਫੀਡਰ ਅਤੇ ਈਸਟਰੰਟ ਨਹਿਰ ਠੀਕ ਹੈ ਇਹ 6 ਪ੍ਰਮੁੱਖ ਨਹਿਰਾਂ ਦੀ ਗਿਣਤੀ ਆ ਪੰਜਾਬ ਦੇ ਵਿੱਚ ਨੈਕਸਟ ਕੁਐਸਚਨ ਜ਼ਿਲ੍ਹਾ ਸੰਗਰੂਰ ਦੀ ਮਿੱਟੀ ਕਿਹੋ ਜਹੀ ਹੈ ਹਾਂਜੀ ਜ਼ਿਲ੍ਹਾ ਸੰਗਰੂਰ ਦੀ ਮਿੱਟੀ ਕਲਰੀ ਆ অপশন নাম্বার 8 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਗੰਨੇ ਦੀ ਪੈਦਾਵਾਰ ਵਿੱਚ ਪੰਜਾਬ ਦਾ ਭਾਰਤ ਵਿੱਚ ਕਿੰਨਾ ਮਾ ਸਥਾਨ ਹੈ ਹਾਂਜੀ ਗੰਨੇ ਦੀ ਪੈਦਾਵਾਰ ਦੇ ਵਿੱਚ ਪੰਜਾਬ ਦਾ ਭਾਰਤ ਦੇ ਵਿੱਚ ਪੰਜਵਾਂ ਸਥਾਨ ਹੈ অপਸ਼ਨ ਨੰਬਰ 6 ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਮਿੱਟੀ ਸੰਸਾਰ ਵਿੱਚ ਕਣਕ ਦੀ ਫਸਲ ਲਈ ਪ੍ਰਸਿੱਧ ਹੈ ਹਾਂਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਵਾ ਜਿਸ ਦੀ ਮਿੱਟੀ ਸੰਸਾਰ ਦੇ ਵਿੱਚ ਕਣਕ ਦੀ ਫਸਲ ਦੇ ਲਈ ਫੇਮਸ ਆ ਤਾਂ ਉਹ ਹੈ ਲੁਧਿਆਣਾ ਆਪਸ਼ਨ ਨੰਬਰ ਆ ਡਾ ਇਸ ਦਾ ਰਾਈਟ ਆਨਸਰ ਦੇਖੋ ਜਿਹੜਾ ਹਰੀ ਕ੍ਰਾਂਤੀ ਦਾ ਅਸਰ ਦੇਖਿਆ ਗਿਆ ਸੀ ਨਾ ਉਹ ਵੀ ਕਣਕ ਤੇ ਹੀ ਦੇਖਿਆ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਕਣਕ ਦੀ ਉਪਜ ਤੇ ਦੇਖਿਆ ਗਿਆ ਸੀ ਨੈਕਸਟ ਕੁਐਸਚਨ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਬਣਾਉਣ ਕਰਕੇ ਮਸ਼ਹੂਰ ਹੈ ਹਾਂਜੀ ਫਰਨੀਚਰ ਬਣਾਉਣ ਕਰਕੇ ਪੰਜਾਬ ਦਾ ਕਿਹੜਾ ਸ਼ਹਿਰ ਮਸ਼ਹੂਰ ਆ ਕਰਤਾਰਪੁਰ অপশন নাম্বার 4 ਇਸ ਦਾ রাইট आंसर नेक्स्ट क्वेश्चन પાખੜਾ ਡੈਮ ਦੀ ਉਚਾਈ ਸੌਰੀ પાખੜਾ ਡੈਮ ਦੀ ਉਚਾਈ ਕਿੰਨੀ ਹੈ ਹਾਂਜੀ પાખੜਾ ਡੈਮ ਦੀ ਉਚਾਈ ਕਿੰਨੀ ਆ 226 ਮੀਟਰ অপশন নাম্বার 8 ਇਸ ਦਾ রাইট आंसर नेक्स्ट क्वेश्चन 2011 ਦੀ ਜਨਗਣਨਾ ਅਨੁਸਾਰ ਸਭ ਤੋਂ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਘੱਟ ਸਾਖਰਤਾ ਵਾਲਾ ਜ਼ਿਲ੍ਹਾ ਹੈ ਮਾਨਸਾ ਆਪਸ਼ਨ ਨੰਬਰ ਆ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ 2011 ਦੀ ਜਨਗਣਨਾ ਅਨੁਸਾਰ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਕਿਹੜਾ ਹੈ ਹਾਂਜੀ ਸਭ ਤੋਂ ਵੱਧ ਸਾਖਰਤਾ ਵਾਲਾ ਜ਼ਿਲ੍ਹਾ ਹੈ ਹੁਸ਼ਿਆਰਪੁਰ ਤੇ ਘੱਟ ਵਾਲਾ ਹੈ ਮਾਨਸਾ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸਤਲੁਜ ਅਤੇ ਬਿਆਸ ਸੰਗਮ ਤੇ ਬਣਾਇਆ ਗਿਆ ਹੈ ਹਾਂਜੀ ਜਿੱਥੇ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ ਉੱਥੇ ਕੀ ਬਣਾਇਆ ਗਿਆ ਹੈ ਹਰੀਕੇ ਵਿਰਾਸ ਆਪਸ਼ਨ ਨੰਬਰ 8 ਹੈ ਈਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਕਿਹੜਾ ਹੈ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਹੈ ਬਠਿੰਡਾ ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਪਾਕਿਸਤਾਨ ਦੀ ਹੱਦ ਨਾਲ ਲੱਗਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਵਾ ਜਿਸ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਆ ਫਿਰੋਜ਼ਪੁਰ ਆਪਸ਼ਨ ਨੰਬਰ ਆੜਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਮਸ਼ੀਨਾਂ ਦਾ ਉਤਪਾਦਨ ਹੁੰਦਾ ਹੈ ਹਾਂਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਵਾ ਜਿਸ ਦੇ ਵਿੱਚ ਮਸ਼ੀਨਾਂ ਦਾ ਉਤਪਾਦਨ ਹੁੰਦਾ ਲੁਧਿਆਣੇ ਦੇ ਵਿੱਚ ਆਪਸ਼ਨ ਨੰਬਰ 1 ਇਸ ਆ ਰਾਈਟ ਆਨਸਰ ਲੁਧਿਆਣੇ ਨੂੰ ਹੀ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਉਦਯੋਗਿਕ ਰਾਜਧਾਨੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਰੇਲਵੇ ਵਿਭਾਗ ਦਾ ਡੀਜ਼ਲ ਹਾਂਜੀ ਰੇਲਵੇ ਵਿਭਾਗ ਦਾ ਡੀਜ਼ਲ ਕੰਪੋਨੈਂਟ ਵਰਕਰ ਕਿਸ ਸ਼ਹਿਰ ਵਿੱਚ ਹੈ ਰੇਲਵੇ ਵਿਭਾਗ ਦਾ ਡੀਜ਼ਲ ਕੰਪੋਨੈਂਟ ਵਰਕਰ ਕਿਹੜੇ ਵਿਭਾਗ ਦੇ ਵਿੱਚ ਆ ਪਟਿਆਲਾ ਸੌਰੀ ਕਿਹੜੇ ਸ਼ਹਿਰ ਦੇ ਵਿੱਚ ਆ ਪਟਿਆਲਾ ਦੇ ਵਿੱਚ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਉੱਚਾ ਪਿੰਡ ਜਾਂ ਸੰਘੋਲ ਕਿਸ ਜ਼ਿਲ੍ਹੇ ਵਿੱਚ ਹੈ ਹਾਂਜੀ ਉੱਚਾ ਪਿੰਡ ਜਾਂ ਸੰਘੋਲ ਫਤਿਹਗੜ ਸਾਹਿਬ ਦੇ ਵਿੱਚ ਆ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਕਿਹੜੀ ਨਹਿਰ ਪੰਜਾਬ ਦੀ ਮੁੱਖ ਨਹਿਰ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਇੰਦਰਾ ਗਾਂਧੀ ਨਹਿਰ ਪੰਜਾਬ ਦੀ ਪ੍ਰਮੁੱਖ ਨਹਿਰ ਆ ਜਿਹੜੀ ਉਹ ਨਹੀਂਗੀ ਮੁੱਖ ਜਾਂ ਪ੍ਰਮੁੱਖ ਨਹੀਂਗੀ ਆਪਸ਼ਨ ਨੰਬਰ 16 ਦਾ ਰਾਈਟ ਆਨਸਰ ਇਸ ਤੋਂ ਇਲਾਵਾ ਪਾਕ ਦਾ ਨਹਿਰ ਮਖੂ ਨਹਿਰ ਅੱਪਰ ਵਾਰੀ ਦਬਾਬ ਨਹਿਰ ਪੰਜਾਬ ਦੀ ਇੱਕ ਮੁੱਖ ਨਹਿਰ ਆ ਨੈਕਸਟ ਕੁਐਸ਼ਨ ਪੰਜਾਬ ਦਾ ਪਹਿਲਾ ਸਾਇੰਸ ਸਿਟੀ ਕਿਸ ਸ਼ਹਿਰ ਦੇ ਨੇੜੇ ਉਸਾਰਿਆ ਗਿਆ ਹੈ ਹਾਂਜੀ ਪੰਜਾਬ ਦਾ ਪਹਿਲਾ ਸਾਇੰਸ ਸਿਟੀ ਆ ਜਿਹੜਾ ਉਹ ਜਲੰਧਰ ਦੇ ਨੇੜੇ ਉਸਾਰਿਆ ਗਿਆ ਹੈ ਕਪੂਰਥਲਾ ਦੇ ਵਿੱਚ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਸੋਰੀ ਪੰਜਾਬ ਦਾ ਕਿਹੜਾ ਸ਼ਹਿਰ ਲੱਕੜੀ ਦੇ ਵਪਾਰ ਦਾ ਕੇਂਦਰ ਹੈ ਹਾਂਜੀ ਪੰਜਾਬ ਦਾ ਸ਼ਹਿਰ ਪਠਾਨਕੋਟ ਲੱਕੜੀ ਦੇ ਵਪਾਰ ਦਾ ਕੇਂਦਰ ਆ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜ਼ਿਲੰਦਰ ਹੁਸ਼ਿਆਰਪੁਰ ਜ਼ਿਲੇ ਕਿਹੜੇ ਮੰਡਲ ਵਿੱਚ ਆਉਂਦੇ ਹਨ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਨੂੰ ਪੰਜ ਡਿਵੀਜ਼ਨਾਂ ਦੇ ਵਿੱਚ ਵੰਡਿਆ ਹੋਇਆ ਹੈ ਠੀਕ ਹੈ ਤੇ ਵੰਡਿਆ ਹੋਇਆ ਹੈ ਪੰਜਾਬ ਨੂੰ ਫਰੀਦਕੋਟ ਮੰਡਲ ਠੀਕ ਹੈ ਫਿਰੋਜ਼ਪੁਰ ਮੰਡਲ ਜਲੰਧਰ ਮੰਡਲ ਪਟਿਆਲਾ ਮੰਡਲ ਤੇ ਸਭ ਤੋਂ ਛੋਟਾ ਹੈ ਰੋਪੜ ਮੰਡਲ ਜਿਹੜਾ 31 ਦਸੰਬਰ 2010 ਨੂੰ ਬਣਾਇਆ ਗਿਆ ਸੀ ਠੀਕ ਹੈ ਇਹ ਪੰਜ ਡਿਵੀਜ਼ਨਾਂ ਹੈ ਜਿਨ੍ਹਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਹੈ ਪਰ ਉਹਨੇ ਪੁੱਛਿਆ ਕੀ ਆ ਕਿ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਕਿਹੜੇ ਮੰਡਲ ਦੇ ਅੰਦਰ ਆਉਂਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਜਲੰਧਰ ਦੇ ਅੰਡਰ ਆਉਂਦੇ ਆ ਇਹ ਠੀਕ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਜਲੰਧਰ ਮੰਡਲ ਦੇ ਅੰਦਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਰਾ ਜਲੰਧਰ ਹੁਸ਼ਿਆਰਪੁਰ ਅਤੇ ਪਠਾਨਕੋਟ ਆਉਂਦੇ ਆ ਠੀਕ ਹੈ ਪਰ ਪਟਿਆਲਾ ਡਿਵੀਜ਼ਨ ਦੇ ਅੰਡਰ ਸੰਗਰੂਰ ਮਲੇਰਕੋਟਲਾ ਪਟਿਆਲਾ ਲੁਧਿਆਣਾ ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਡਿਵੀਜ਼ਨ ਦਾ ਇਸ ਦਾ ਭਾਗ ਆ ਠੀਕ ਹੈ ਉਸ ਤੋਂ ਵਾਰਵਾ ਰੋਪੜ ਦੀ ਗੱਲ ਕਰੀਏ ਤਾਂ ਰੋਪੜ ਆ ਜਿਹੜਾ ਸਭ ਤੋਂ ਐਂਡ ਤੇ ਬਣਿਆ ਸੀਗਾ 2010 ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਤੇ ਇਸ ਨੂੰ ਇੱਕ ਨਵੀਨ ਡਿਵੀਜ਼ਨ ਐਲਾਨਿਆ ਗਿਆ ਸੀ ਕਿ ਕਿ ਤੇ ਪਹਿਲਾਂ ਇਹ ਪਟਿਆਲਾ ਡਿਵੀਜ਼ਨ ਦਾ ਹੀ ਭਾਗ ਸੀ ਰੋਪੜ ਪਰ ਇਸ ਤੋਂ ਬਾਅਦ ਇਸ ਨੂੰ ਇੱਕ ਅਲੱਗ ਡਿਵੀਜ਼ਨ ਬਣਾ ਕੇ ਰੂਪਨਗਰ ਸੇਦ ਭਗਤ ਸਿੰਘ ਨਗਰ ਅਤੇ ਸਾਬਜਾਦਾ ਅਜੀਤ ਸਿੰਘ ਨਗਰ ਇਸ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਸੀ ਠੀਕ ਹੈ ਜੇਕਰ ਅਸੀਂ ਗੱਲ ਕਰੀਏ ਫਿਰੋਜ਼ਪੁਰ ਡਿਵੀਜ਼ਨ ਦੀ ਤਾਂ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਅਤੇ ਮੋਗਾ ਜ਼ਿਲ੍ਹੇ ਆਉਂਦੇ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਆਉਂਦੇ ਆ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਰੂਪਨਗਰ ਲੁਧਿਆਣਾ ਸੰਗਰੂਰ ਪਟਿਆਲਾ ਫਰ੍ਹ ਸਾਹਿਬ ਕਿਹੜੇ ਜ਼ਿਲ੍ਹੇ ਦੇ ਮੰਡਲ ਹਨ ਹਾਂਜੀ ਮੈਂ ਆਲਰੇਡੀ ਦੱਸ ਚੁੱਕੀ ਆ ਰੂਪਨਗਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਇਹ ਪਟਿਆਲਾ ਡਿਵੀਜ਼ਨ ਦੇ ਹੀ ਮੰਡਲ ਹਨ ਜਾਨੀ ਕਿ ਆਪਸ਼ਨ ਨੰਬਰ 8 ਆ ਇਸ ਦਾ ਰਾਈਟ ਆਨਸਰ ਦੇਖੋ ਪਟਿਆਲਾ ਆ ਗਿਆ ਤਾਂ ਪਟਿਆਲਾ ਦੇ ਅੰਦਰ ਹੀ ਹੋਵੇਗਾ ਠੀਕ ਹੈ ਇੱਥੋਂ ਤੁਸੀਂ ਯਾਦ ਵੀ ਰੱਖ ਸਕਦੇ ਹੋ ਨੈਕਸਟ ਕੁਐਸ਼ਨ ਪੰਜਾਬ ਦੇ ਵਿੱਚ ਗੰਨੇ ਦੀ ਵਿਜ਼ਾਈ ਕਿਹੜੇ ਮਹੀਨਿਆਂ ਵਿੱਚ ਹੁੰਦੀ ਹੈ ਹਾਂਜੀ ਪੰਜਾਬ ਦੇ ਵਿੱਚ ਜਿਹੜੇ ਗੰਨੇ ਉਜਾਏ ਜਾਂਦੇ ਆ ਕਮਾਦ ਵਿਜੇ ਜਾਂਦੇ ਆ ਉਹਨਾਂ ਦੀ ਜਿਹੜੀ ਵਿਜ਼ਾਈ ਆ ਉਹ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਹੁੰਦੀ ਆ অপਸ਼ਨ ਨੰਬਰ ਆ ਹੈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਵਿੱਚ ਕਿਹੜੀ ਵਾਛੜ ਹਾੜੀ ਦੀਆਂ ਫਸਲਾਂ ਲਈ ਸਿਆਲ ਵਿੱਚ ਕਲਿਆਣਕਾਰੀ ਹੁੰਦੀ ਹੈ ਹਾਂਜੀ ਪੰਜਾਬ ਦੇ ਵਿੱਚ ਵਾਛੜ ਸੁਣਿਆ ਹੋਣਾ ਤੁਸੀਂ ਹਾੜੀ ਦੀਆਂ ਫਸਲਾਂ ਲਈ ਸਿਆਲ ਦੇ ਵਿੱਚ ਕਲਿਆਣਕਾਰੀ ਹੁੰਦੀ ਆ ਉਹ ਕਿਹੜੀ ਆ ਕਾਲ ਵਿਸਾਖੀ অপਸ਼ਨ ਨੰਬਰ ਸ ਹੈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਹੁਣ ਕਿਹੜੇ ਦਰਿਆ ਪੰਜਾਬ ਵਿੱਚ ਨਹੀਂ ਵਹਿੰਦੇ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਦਰਿਆਵਾ ਜਿਹੜੇ ਹੁਣ ਪੰਜਾਬ ਦੇ ਵਿੱਚ ਨਹੀਂ ਵਹਿੰਦੇਗੇ ਉਹ ਆ ਚਨਾਬ ਅਤੇ ਜੇਲਮ ਆਪਸ਼ਨ ਨੰਬਰ 6 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਨੈਕਸਟਾ ਗੁਰੂ ਹਰਗੋਬਿੰਦ ਸੌਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਇਹਨਾਂ ਵਿੱਚੋਂ ਕਿਹੜੇ ਦੋ ਸ਼ਹਿਰਾਂ ਨੂੰ ਜੋੜਦਾ ਹੈ ਹਾਂਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਇਹਨਾਂ ਦੇ ਵਿੱਚੋਂ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਜੋੜਦਾ ਹੈ ਆਪਸ਼ਨ ਨੰਬਰ 1 ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕਦੋਂ ਕੀਤਾ ਗਿਆ ਹਾਂਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਦਾ ਉਦਘਾਟਨ ਕਦੋਂ ਕੀਤਾ ਗਿਆ ਸੀ 1973 ਈਸਵੀ ਦੇ ਵਿੱਚ ਆਪਸ਼ਨ ਨੰਬਰ 1 ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਇਹਨਾਂ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਰੇਲ ਲਾਈਨਾਂ ਦੀ ਲੰਬਾਈ ਸਭ ਤੋਂ ਵੱਧ ਹੈ ਹਾਂਜੀ ਕਿਹੜੇ ਜ਼ਿਲ੍ਹੇ ਦੇ ਵਿੱਚ ਰੇਲ ਲਾਈਨਾਂ ਦੀ ਲੰਬਾਈ ਸਭ ਤੋਂ ਵੱਧ ਆ ਜਲੰਧਰ ਦੇ ਵਿੱਚ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਕਿਹੜਾ ਜੋੜਾ ਸਹੀ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਜੋੜਾ ਵਾ ਜਿਹੜਾ ਸਹੀ ਨਹੀਂ ਹੈ ਦੇਖੋ ਜਲੰਧਰ ਖੇਡਾਂ ਦੇ ਸਮਾਨ ਇਹਨੂੰ ਸਪੋਰਟਸ ਸਿਟੀ ਵੀ ਬੋਲਿਆ ਜਾਂਦਾ ਜਲੰਧਰ ਨੂੰ ਠੀਕ ਹੈ ਖੇਡਾਂ ਦੇ ਸਮਾਨ ਦੇ ਨਾਲ ਰਿਲੇਟਡ ਆ ਕਪੂਰਥਲੇ ਦੇ ਵਿੱਚ ਬਿਸਕੁਟ ਫੈਕਟਰੀ ਆ ਨਹੀਂ ਰੇਲ ਕੋਚ ਫੈਕਟਰੀ ਆ ਤਾਂ ਇਸ ਦਾ ਰਾਈਟ ਆਨਸਰ ਆ ਵੀ ਕਪੂਰਥਲਾ ਇਹਨਾਂ ਦੇ ਵਿੱਚੋਂ ਆ ਜਿਹੜਾ ਇਹ ਸਹੀ ਨੀਗਾ ਆਪਸ਼ਨ ਨੰਬਰ ਆੜਾ ਲੁਧਿਆਣਾ ਇਹਦੇ ਵਿੱਚ ਹੋਜਰੀ ਦਾ ਸਮਾਨ ਵੰਦਾ ਭੋਗਪੁਰ ਦੇ ਵਿੱਚ ਖੰਡ ਮੇਲਾ ਇਹ ਬਾਕੀ ਬਿਲਕੁਲ ਰਾਈਟ ਆ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਨਿਊਕਲੀਅਰ ਇੰਡਸਟਰੀਅਲ ਕੰਪਲੈਕਸ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਭਾਰਤ ਦਾ ਪਹਿਲਾ ਨਿਊਕਲੀਅਰ ਇੰਡਸਟਰੀ ਕੰਪਲੈਕਸ ਕਿੱਥੇ ਸਥਾਪਿਤ ਕੀਤਾ ਗਿਆ ਗੋਇੰਦਵਾਲ ਸਾਹਿਬ ਆਪਸ਼ਨ ਨੰਬਰ ਈ ਹੈ ਇਸ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਮੱਕੀ ਦੀ ਵਿਜ਼ਾਈ ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ ਕਿਸ ਜ਼ਿਲ੍ਹੇ ਵਿੱਚ ਹੁੰਦੀ ਹੈ ਹਾਂਜੀ ਮੱਕੀ ਦੀ ਵਿਜ਼ਾਈ ਇਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਪੰਜਾਬ ਦੀ ਸਰਹੰਦ ਨੂੰ ਕਿੰਨੇ ਰਾਜ ਲੱਗਦੇ ਹਨ ਹਾਂਜੀ ਰਾਜ ਦੀ ਗੱਲ ਹੋ ਰਹੀ ਆ ਪੰਜਾਬ ਦੀ ਸਰਹੰਦ ਨੂੰ ਕਿੰਨੇ ਰਾਜ ਲੱਗਦੇ ਆ ਚਾਰ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਕਿਹੜੇ ਕਿਹੜੇ ਨੇ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਇਸ ਤੋਂ ਇਲਾਵਾ ਪੰਜਾਬ ਦੀ ਸਰਹੰਦ ਨੂੰ ਸਿਰਫ ਇੱਕ ਇੱਕ ਹੀ ਦੇਸ਼ ਦੀ ਹੱਦ ਲੱਗਦੀ ਹੈ ਉਹ ਕਿਹੜਾ ਹੈ ਪਾਕਿਸਤਾਨ ਨੈਕਸਟ ਬਠਿੰਡਾ ਵਿੱਚ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਪ੍ਰੋਜੈਕਟ ਦਾ ਇਹਨਾਂ ਵਿੱਚੋਂ ਕਿੰਨਾ ਵਿਚਕਾਰ ਸਾਂਝਾ ਉਦਯੋਗ ਹੈ ਹਾਂਜੀ ਬਠਿੰਡਾ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਪ੍ਰੋਜੈਕਟ ਆ ਉਹਦਾ ਸਬੰਧ ਇਹਨਾਂ ਵਿੱਚੋਂ ਕਿੰਨਾ ਦਾ ਉਹ ਸਾਂਝਾ ਉਦਯੋਗ ਆ ਉਹ ਉਦਯੋਗ ਆ ਸਾਂਝਾ ਐਚ ਪੀਸੀਐਲ ਅਤੇ ਮਿੱਤਲ એનર્ਜੀ ਦਾ ਆਪਸ਼ਨ ਨੰਬਰ 8 ਆਇਆ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਸਮਰਾਲਾ ਤਹਿਸੀਲ ਦਾ ਸਬੰਧ ਕਿਸ ਜ਼ਿਲ੍ਹੇ ਨਾਲ ਹੈ ਹਾਂਜੀ ਸਮਰਾਲਾ ਤਹਿਸੀਲ ਦਾ ਜ਼ਬੰਦ ਸਬੰਧ ਦਾ ਜਿਹੜਾ ਉਹ ਲੁਧਿਆਣਾ ਜ਼ਿਲ੍ਹੇ ਨਾਲ ਆ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਤਲਵੰਡੀ ਸਾਬੋ ਕਿਸ ਜ਼ਿਲ੍ਹੇ ਵਿੱਚ ਹੈ ਹਾਂਜੀ ਤਲਵੰਡੀ ਸਾਬੋ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਆਪਸ਼ਨ ਨੰਬਰ ਸ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਐਸ ਐਸ ਨਗਰ ਇਹਨਾਂ ਵਿੱਚੋਂ ਕਿਸ ਮੰਡਲ ਦੀ ਇਕਾਈ ਹੈ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਕੀ ਐਸਐਸ ਨਗਰ ਇਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਮੰਡਲ ਦੀ ਇਕਾਈ ਆ ਦੇਖੋ ਐਸਐਸ ਨਗਰ ਆ ਜਿਹੜਾ ਕਿਹੜੀ ਮੰਡਲ ਦੇ ਵਿੱਚ ਪੁੱਛਿਆ ਗਿਆ ਉਹਨਾਂ ਨੇ ਐਸਐਸ ਨਗਰ ਆ ਜਿਹੜਾ ਤੁਹਾਨੂੰ ਸਭ ਤੋਂ ਲਾਸਟ ਤੇ ਕਿਹੜੀ ਬਣੀ ਸੀ ਰੋਪੜ ਬਣੀ ਸੀ ਤੇ ਰੋਪੜ ਦੇ ਵਿੱਚੋਂ ਵਿੱਚੋਂ ਆ ਠੀਕ ਹੈ ਰੋਪੜ ਦੇਗਾ ਕਿ ਆਉਂਗੇ ਰਾਈਟ ਆਨਸਰ ਹੋਵੇਗਾ ਇਸ ਦਾ ਰੂਪਨਗਰ ਆਪਸ਼ਨ ਨੰਬਰ ਰੂੜਾ ਇਸ ਦਾ ਰਾਈਟ ਆਨਸਰ ਨੈਕਸਟ ਇਹਨਾਂ ਵਿੱਚੋਂ ਕਿਹੜੀ ਤਹਿਸੀਲ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ ਹਾਂਜੀ ਕਿਹੜੀ ਤਹਿਸੀਲ ਆ ਜਿਹੜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪੈਂਦੀ ਆ ਜੀਰਾ ਆਪਸ਼ਨ ਨੰਬਰ 7 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਕਿਹੜੀ ਹਾੜੀ ਦੀ ਫਸਲ ਨਹੀਂ ਹੈ ਹਾਂਜੀ ਹਾੜੀ ਦੀ ਫਸਲ ਨਹੀਂਗੀ ਮੱਕੀ ਆਪਸ਼ਨ ਨੰਬਰ 7 ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਇਹਨਾਂ ਵਿੱਚੋਂ ਕਿਹੜੀ ਸੋਨੀ ਦੀ ਫਸਲ ਆ ਹਾਂਜੀ ਹਾੜੀ ਸੋਨੀ ਹਾੜੀ ਦੀ ਫਸਲ ਤਾਂ ਹੋਗੀ ਹਾੜੀ ਦੀਆਂ ਫਸਲਾਂ ਕਿਹੜੀਆਂ ਨੇ ਵੈਸੇ ਕਾਨਕ ਛੋਲੇ ਮਛ ਮਸਰ ਠੀਕ ਹੈ ਮਸਰ ਇਹ ਹੈਗੀਆਂ ਹਾੜੀ ਦੀਆਂ ਫਸਲਾਂ ਤੇ ਇਹਨਾਂ ਦੇ ਵਿੱਚੋਂ ਕਿਹੜੀ ਸੋਨੀ ਦੀ ਫਸਲ ਆ ਚੌਲ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਹਨਾਂ ਵਿੱਚੋਂ ਕਿਹੜੀ ਸੋਨੀ ਦੀ ਫਸਲ ਨਹੀਂਗੀ ਹਾਂਜੀ ਸੋਨੀ ਦੀ ਫਸਲ ਹੈ ਕਿਹੜੀਆਂ-ਕਿਹੜੀਆਂ ਵਾਂ ਮਾਂ मूਗਫਲੀ ਜਵਾਰ ਪਰ ਆਲਸੀ ਹੈ ਜਿਹੜੀ ਇਹ ਨਹੀਂਗੀ ਆਪਸ਼ਨ ਨੰਬਰ ਈ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਦੇ ਕਿਸ ਸ਼ਹਿਰ ਵਿੱਚ ਸਟਾਕ ਐਕਸਚੇਂਜ ਹੈ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਸਟਾਕ ਐਕਸਚੇਂਜ ਆ ਲੁਧਿਆਣਾ ਦੇ ਵਿੱਚ ਆਪਸ਼ਨ ਨੰਬਰ 1 ਆ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੰਜਾਬ ਵਿੱਚ ਕਣਕ ਕਿਸ ਰੁੱਤ ਵਿੱਚ ਵिजਾਈ ਜਾਂਦੀ ਹੈ ਹਾਂਜੀ ਪੰਜਾਬ ਦੇ ਵਿੱਚ ਕਣਕ ਸਰਦੀ ਦੀ ਰੁੱਤ ਵਿੱਚ ਵिजਾਈ ਜਾਂਦੀ ਆ ਆਪਸ਼ਨ ਨੰਬਰ 1 ਆ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ SAS ਨਗਰ ਵਿੱਚ ਕਿਹੜਾ ਪ੍ਰਸਿੱਧ ਉਦਯੋਗ ਸਥਾਪਿਤ ਹੈ ਹਾਂਜੀ SAS ਨਗਰ ਦੇ ਵਿੱਚ ਟਰੈਕਟਰਾਂ ਦਾ ਇੱਕ ਪ੍ਰਸਿੱਧ ਉਦਯੋਗ ਸਥਾਪਿਤ ਆਪਸ਼ਨ ਨੰਬਰ ਊੜਾ ਇਸ ਦਾ ਰਾਈਟ ਸੌਰੀ ਆੜਾ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਮਲੇਰ ਕੋਟਲਾ ਹੁਣ ਕਿਸ ਜ਼ਿਲ੍ਹੇ ਦੀ ਤਹਿਸੀਲ ਹੈ ਹਾਂਜੀ ਮਲੇਰ ਕੋਟਲਾ ਹੁਣ ਮਲੇਰ ਕੋਟਲੇ ਦੀ ਹੀ ਤਹਿਸੀਲ ਆ অপশন নাম্বার 7 ਇਸ ਦਾ ਰਾਈਟ ਆਨਸਰ ਪਹਿਲਾਂ ਕਿਹੜੇ ਜ਼ਿਲ੍ਹੇ ਦੀ ਸੀ ਪਹਿਲਾਂ ਸੰਗਰੂਰ ਦੀ ਸੀ ਮਲੇਰਕੋਟਲਾ ਜਿਹੜੀ ਪਹਿਲਾਂ ਤਹਿਸੀਲ ਸੀ ਉਹ ਸੰਗਰੂਰ ਦੀ ਸੀ ਪਰ ਹੁਣ ਮਲੇਰਕੋਟਲਾ ਇੱਕ ਜ਼ਿਲ੍ਹਾ ਬਣ ਚੁੱਕਿਆ ਹੈ ਤਾਂ ਇਸ ਕਰਕੇ ਮਲੇਰਕੋਟਲਾ ਦੀ ਤਹਿਸੀਲ ਮਲੇਰਕੋਟਲਾ ਆ ਨੈਕਸਟ ਕੁਐਸਚਨ ਪੰਜਾਬ ਵਿੱਚ ਪੁਰਸ਼ਾਂ ਦੀ ਸਾਖਰਤਾ ਕਿੰਨੀ ਹੈ ਹਾਂਜੀ ਪੰਜਾਬ ਦੇ ਵਿੱਚ ਪੁਰਸ਼ਾਂ ਦੀ ਸਾਖਰਤਾ 81.5% ਆ অপਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਵਿੱਚ ਹੁਣ ਇਸਤਰੀਆਂ ਦੀ ਸਾਖਰਤਾ ਦਰ ਕਿੰਨੀ ਆ? ਹਾਂਜੀ ਪੰਜਾਬ ਦੇ ਵਿੱਚ ਇਸਤਰੀਆਂ ਦੀ ਸਾਖਰਤਾ ਦਰ 71.3% ਆ। ਆਪਸ਼ਨ ਨੰਬਰ 6 ਇਸ ਦਾ ਰਾਈਟ ਆਨਸਰ। ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਕੱਲ ਅਸੀਂ ਕਰਾਂਗੇ ਇਸ ਵੀਡੀਓ ਦਾ ਪਾਰਟ 7 ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਵਿੱਚ ਕੀ ਕੀ ਕੋਰੈਕਸ਼ਨ ਕਰਵਾਉਣਾ ਚਾਹੁੰਦੇ ਆ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਠੀਕ ਹੈ ਇਹ ਸਾਰਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਇਸੇ ਲਈ ਤੁਹਾਨੂੰ ਪੁੱਛਿਆ ਜਾਂਦਾ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ